हाँ जी गुरु प्यारे हो, आहा असीं पहुँच गए हैं तख्त श्री हरिमंदर जी पटना साहिब विखे। मैं तुहानूं थोड़ा जिहा इतिहास बारे दसना चाहना। मेन गेट ते असीं हैगे हां, जिन्नी देर तक आपां दरबार हाल च जाने हां। मैं तुहानूं दसना चाहना है कि ये मूल रूप दे विच साल सराय जोहरी दी इत्थे हवेली हुंदी सी, ते इस हवेली दे विच सच्चे पातशाह सब तो पहला गुरु नानक देव जी इत्थे आए, तो सिक्खी के प्रचार के लिए इस स्थान को केंद्र बनाया। बाद आए इत्थे छेवें पातशाह, नौवें पातशाह गुरु तेग बहादुर जी भी इस जगह दे इस हवेली उत्ते रहे ने। इत्थे ही दसवें पातशाह गुरु गोबिंद सिंह जी गोबिंद राय का जन्म होया जी। तो इस स्थान के उत्ते ही मीरी ते पीरी का सिद्धांत इत्थे ही स्थापित किया गया। बाद विचों छेवें पातशाह तो बाद गुरु गोबिंद सिंह जी ने, ता ही मैं तुहानूं दिखावांगा कि अगे जाके दो निशान साहब इत्थे सुशोभित ने, एक मीरी दा ते एक पीरी दा। आओ चरण कुंड दे विच पैर धो के मैं तुहानूं अगे लैके जावां, ते मैं तुहानूं सारे पासे वो गलियारा ते वो सारी बिल्डिंग दिखाना चाहना। शाम दा 7:30 बजे दा इत्थे टाइम हैगा जी। तुसीं देख सकदे हो दसंबर दा महीना, ठंड भी बहुत हैगी इत्थे। ਤਾਂ ਤੁਸੀਂ ਦੇਖੋ ਸਾਰੇ ਪਾਸੇ ਫੁੱਲ ਦੀ ਫੁੱਲ ਨਜ਼ਰ ਆ ਰਹੇ ਨੇ, ਸੁਗੰਧਿਤ ਬੜੀ ਹੈ ਵਾਤਾਵਰਨ, ਬੜਾ ਵਧੀਆ ਮਾਹੌਲ ਹੈ। ਇੱਧਰਲੇ ਸੱਜੇ ਪਾਸੇ ਇਹ ਇੱਕ ਵਿਸ਼ਰਾਮ ਘਰ ਬਣਿਆ ਹੋਇਆ ਅਤੇ ਨਿਸ਼ਾਨ ਸਾਹਿਬ ਤੁਸੀਂ ਦੇਖਦੇ ਪਏ ਹੋ ਕਿੱਡੇ ਉੱਚੇ। ਆਹ ਮੇਨ ਬਿਲਡਿੰਗ ਹੈ ਜਿਹਦੀ ਮੈਂ ਤੁਹਾਨੂੰ ਦਿਖਾ ਰਿਹਾ। ਇਹ ਤੋਂ ਬਾਅਦ ਆਪਾਂ ਅੰਦਰ ਦਰਬਾਰ ਹਾਲ ਦੇ ਵਿੱਚ ਜਾਵਾਂਗੇ ਜੀ। ਲਓ ਜੀ ਆਪਾਂ ਐਂਟਰ ਹੋ ਗਏ ਹਾਂ ਦਰਬਾਰ ਹਾਲ ਦੇ ਵਿੱਚ। ਸੱਚੇ ਮਨ ਅਤੇ ਸ਼ਰਧਾ ਦੇ ਨਾਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਜੋ ਮੰਗੀਏ ਝੋਲੀਆਂ ਭਰ ਦਿੰਦੇ ਨੇ। ਆਓ ਆਪਾਂ ਵੀ ਅਰਦਾਸ ਕਰੀਏ। ਉਹ ਜੋ ਪਿਛਲੇ ਪਾਸੇ ਦੇਖਦੇ ਪਏ ਹੋ ਸਾਰੀ ਜਿਹੜੀ ਸੰਗਤ ਹੈ ਦੂਰ ਦੁਰਾਡੇ ਥਾਵਾਂ ਤੋਂ ਇੱਥੇ ਪਹੁੰਚੀ ਹੈ। ਆਓ ਤੁਹਾਨੂੰ ਇਸ ਤੋਂ ਬਾਅਦ ਮੈਂ ਦਿਖਾਊਂਗਾ ਕਿਸ ਤਰ੍ਹਾਂ ਸ਼ਾਮ ਨੂੰ 7:30 ਵਜੇ ਇੱਥੇ ਆਰਤੀ ਹੁੰਦੀ ਹੈ, ਤਾਂ ਉਹ ਆਰਤੀ ਦੇ ਦਰਸ਼ਨ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ, ਸੁਣਾਂਗੇ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਇਹ ਨੇ ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਕਿ ਦਸਵੇਂ ਪਾਤਸ਼ਾਹ ਦਾ ਜਿਹੜਾ ਇੱਥੇ ਇੱਕ ਪੰਘੂੜਾ ਬਣਾਇਆ ਗਿਆ, ਦੇਖੋ ਖੱਬੇ ਪਾਸੇ ਬਣਿਆ ਹੋਇਆ, ਤਾਂ ਉਹ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਣਾਇਆ ਗਿਆ। ਤਾਂ ਇਹ ਤੋਂ ਬਾਅਦ ਹੁਣ ਇੱਥੇ ਆਰਤੀ ਸ਼ੁਰੂ ਹੋਣ ਵਾਲੀ ਹੈ ਅਤੇ ਆਪਾਂ ਸਾਰੇ ਦਰਸ਼ਨ ਦੀਦਾਰ ਅਤੇ ਸਰਵਣ ਕਰਾਂਗੇ। ਮਹੱਲਾ ਪਹਿਲਾ ਆਰਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਗਗਨ ਮੈਂ ਤਾਲ ਰਾਮ ਚੰਦ ਦੀਪਕ ਬਣ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰ ਸਗਲ ਬਣ ਰਾਏ ਜੋਤੀ ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ ਅਨਹਰਤਾ ਸ਼ਬਦ ਵਜੰਤ ਪੇਰੀ ਸੈਸ ਤਵ ਨੈਣ ਨਾਨ ਨੈਣ ਹੈ ਦੋਹੇ। ਹਾਂਜੀ ਗੁਰੂ ਪਿਆਰਿਓ, ਹੁਣ ਆਪਾਂ ਆ ਗਏ ਹਾਂ ਇੱਥੇ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ। ਇਹ ਤੁਸੀਂ ਰਾਤ ਦਾ ਨਜ਼ਾਰਾ ਦੇਖਦੇ ਪਏ ਹੋ। ਇੱਥੇ ਹੁਣ ਦੇਖੋ ਕਿੱਡੀ ਸੋਹਣੀ ਇੱਥੇ ਜਿਹੜੀ ਲਾਈਟਿੰਗ ਕੀਤੀ ਗਈ ਆ, ਲੜੀਆਂ ਲਾਈਆਂ ਗਈਆਂ। ਮੈਂ ਤੁਹਾਨੂੰ ਸਾਰਾ ਬਾਹਰ ਦਾ ਜਿਹੜਾ ਗਲਿਆਰਾ ਦਿਖਾ ਰਿਹਾ। ਆਹ ਮੇਨ ਜਿਹੜੀ ਆਪਾਂ ਹਾਲ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਦੇ ਹਾਂ, ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਬਤੀਤ ਹੋਇਆ। ਇੱਥੇ ਰਾਜ ਮਾਤਾ ਬਿਸ਼ੰਬਰਾ ਦੇਵੀ ਦੀ ਗੋਦ ਦੇ ਵਿੱਚ ਖੇਡੇ ਨੇ ਬਾਲਾ ਪ੍ਰੀਤਮ ਬਾਲ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ। ਇੱਥੇ ਗੁਰਦੁਆਰਾ ਦੀ ਬਿਲਡਿੰਗ ਤੁਸੀਂ ਜਿਹੜੇ ਦੇਖਦੇ ਪਏ ਹੋ ਸੱਜੇ ਖੱਬੇ, ਮੈਂ ਤੁਹਾਨੂੰ ਸਾਰੀ ਵਿਖਾ ਦੇਵਾਂ। ਇਸ ਤੋਂ ਬਾਅਦ ਆਪਾਂ ਅੰਦਰ ਚੱਲਾਂਗੇ ਅਤੇ ਫਿਰ ਦਰਬਾਰ ਹਾਲ ਦੇ ਵਿੱਚ ਨਤਮਸਤਕ ਹੋਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਅਤੇ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ ਜ਼ਰੂਰ। ਇੱਥੇ ਆਪਾਂ ਪਾਤਸ਼ਾਹ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ, ਆਓ ਅਰਦਾਸ ਵਿੱਚ ਸ਼ਾਮਿਲ ਹੋਈਏ। ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਅੰਮ੍ਰਿਤ ਰਸਨਾ ਪੀਓ ਪਿਆਰੀ।
हाँ जी गुरु प्यारे हुण असी सुबह सुबह का माहौल तुहानू दिखा रहे हैं गुरुद्वारा बाल लीला दे विच किड्डे सोहणे फुल डाली नालों तोड़ ना सानू अस हट महक दी लाई पाई वीर सिंह जी दियां इत्थे कवितावां दे कुछ सतरां मैनू याद आ रही ने। देखो किड्डे सोहणे रंग बिरंगे फुल इन्हां फुलां दे विच बलिहारी कुदरत वसिया ते रंतना जाई लख्या सच्चे पातशाह दे दर्शन हुंदे ने इस कुदरत दे विचों। ते काका स्नेहदीप सिंह ते मैडम जसमीत कौर इत्थे नज़ारे लुटते पए ने कुदरत दे ते तुसीं देखदे पए हो। मैं तुहानू सारी बिल्डिंग दा गेड़ा इत्थे कैमरे लई दिखाना चाहना। देखो आ सारे पासे इधर यात्री निवास बनया होया इत्थे बिल्कुल सामने इत्थे कमरे बुक हुंदे ने बिल्कुल सामने इत्थे बैठे ने भाई साहब जी। ते इधर राज माता विशंबरा देवी जी यात्रा जिहड़ा निवास बनया होया बड़े सोहने कमरे आ कोई ज़्यादा फीस नहीं हैगी 500 रुपया एक नाइट का स्टे हैगा एसी कमरे है। तो एक गल तुहानू होर दसदा इत्थे जिहड़ी लंगर की क्वालिटी है जां लंगर बड़ा ही वधिया बनाया जाता है वाकई सानू इत्थे आके बड़ा ही मज़ा आया। तो सच्चे पातशाह अगे अरदास करते हैं कि अगली बार भी असी इत्थे आईए तो तुहानू सारियां चीज़ां होर दिखाईए क्योंकि साढ़े को समा थोड़ा सी साड़ी जिहड़ी फ्लाइट सी वो दो दिन बाद दी सी। तो बस गुरु प्यारे इस विच इन्ना ही मिलांगे अगले व्लॉग दे विच। सत श्री अकाल।